ਸਤਿਕਾਰ ਜੀ ਅੱਜ ਪੰਜਾਬ ਨੂੰ ਰਿਮੋਟ ਕੰਟਰੋਲ ਰਾਹੀਂ ਦਿੱਲੀ ਤੋਂ ਫੇਰ ਚਲਾਉਣ ਦੀ ਜਿਹੜੀ ਕੋਸ਼ਿਸ਼ ਸੀ ਉਹ ਇੱਕ ਵਾਰੀ ਫੇਰ ਫੇਲ ਹੋ ਗਈ। ਦਿੱਲੀ ਦੇ ਕਈ ਮਾਡਲ ਫੇਲ ਹੁੰਦੇ ਵੇਖੇ ਔਰ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰ ਸਕਦੇ ਕਿ ਦਿੱਲੀ ਪੰਜਾਬ ਜਾਂ ਪੰਜਾਬੀਆਂ ਨੂੰ ਰਿਮੋਟ ਕੰਟਰੋਲ ਕਰੇ। ਕੌਨਫੀਡੈਂਸ ਮੋਸ਼ਨ ਸਿਰਫ ਤੇ ਸਿਰਫ ਓਨਲੀ ਕੌਨਫੀਡੈਂਸ ਮੋਸ਼ਨ ਵਾਸਤੇ ਹਾਊਸ ਸੱਦਿਆ ਗਿਆ। ਜਿਹੜਾ ਕੋਈ ਰੂਲ ਪ੍ਰੋਸੀਜਰ ਅਲਾਓ ਨਹੀਂ ਕਰਦਾ ਕਿ ਸਿਰਫ ਕੌਨਫੀਡੈਂਸ ਮੋਸ਼ਨ ਲਈ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਸੱਦੋ। ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇੱਕ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡੀ ਸਰਕਾਰ ਖਤਰੇ 'ਚ। ਭਾਈ ਕਿੱਥੇ ਹੈ, ਕਿਹਨੇ ਕਿਹਾ, ਕਿਹੜੇ MLA ਨੇ ਤੁਹਾਡੇ 92 MLA ਨੇ ਮਹਾਤਮਾ ਜੀ 92 ਚੋਂ ਇੱਕ ਨੇ ਵੀ ਕਿਹਾ ਹੋਵੇ ਕਿ ਉਹਨੂੰ ਤੁਹਾਡੀ ਸਰਕਾਰ 'ਚ ਵਿਸ਼ਵਾਸ ਨਹੀਂ ਰਹਿ ਗਿਆ, ਵਿਰੋਧੀ ਮੰਗ ਨਹੀਂ ਰਹੇ, ਵਿਰੋਧੀ ਤੁਹਾਡੇ ਖਿਲਾਫ ਨੋ ਕੌਨਫੀਡੈਂਸ ਲਿਆ ਨਹੀਂ ਰਹੇ, ਮਗਰ ਤੁਸੀਂ ਇੱਕ ਡਰਾਮਾ ਰਚਨਾ ਚਾਹੁੰਦੇ ਹੋ। ਕੇਜਰੀਵਾਲ ਸਾਹਿਬ ਦਾ ਇੱਕ ਜਿਹੜਾ ਉਹ ਗੁਜਰਾਤ ਇਲੈਕਸ਼ਨ 'ਚ ਹਿਮਾਚਲ ਇਲੈਕਸ਼ਨ 'ਚ ਪੇਸ਼ ਕਰਨਾ ਚਾਹੁੰਦੇ ਹੈ ਕਿ ਕਾਂਗਰਸ ਦੇ MLA ਤਾਂ ਵਕਾਊ ਨੇ ਜਾਂ ਕਾਂਗਰਸ ਦੇ MLA ਜਾਂ ਹੋਰ ਪਾਰਟੀਆਂ ਦੇ MLA BJP ਅੱਗੇ ਸਟੈਂਡ ਨਹੀਂ ਕਰ ਰਹੇ, ਤੁਸੀਂ ਇਕੱਲੀ ਇੱਕ ਪਾਰਟੀ ਹੋ ਜਿਹੜਾ BJP ਨਾਲ ਲੜ ਰਿਹਾ, ਇਹ ਤੁਸੀਂ ਸ਼ਗੂਫਾ, ਇਹ ਡਰਾਮੇਬਾਜ਼ੀ, ਇਹ ਜਾਲਸਾਜੀ, ਇਹ ਜੁਮਲਾਬਾਜ਼ੀ ਤੁਸੀਂ ਕਰਨੀ ਹੈ, ਜੀ ਸਦਕੇ ਕਰੋ, ਮਗਰ ਪੰਜਾਬ ਦੇ ਖਜ਼ਾਨੇ ਤੇ ਬੋਝ ਕਾਹਦੇ ਲਈ ਪਾ ਰਹੇ। 1 ਕਰੋੜ ਰੁਪਏ ਦਾ ਖਰਚ ਆਉਣਾ ਸੀ ਕੱਲ੍ਹ ਦਾ ਸੈਸ਼ਨ, ਇਹਨੂੰ ਕੈਂਸਲ ਕਰਨਾ, ਇਹਦੀ ਮਨਜ਼ੂਰੀ ਵਾਪਸ ਲੈਣੀ, ਗਵਰਨਰ ਸਾਹਿਬ ਤੁਹਾਡਾ ਸਵਾਗਤ ਹੈ, ਮਗਰ ਗਵਰਨਰ ਸਾਹਿਬ ਇਹ ਤਾਂ ਅੱਧਾ ਕੰਮ ਹੋਇਆ। ਅੱਜ 10 ਦਿਨ ਤੋਂ ਵੱਧ ਬੀਤ ਗਏ ਆ, ਪੰਜਾਬ ਦੀ ਲੋਕਤੰਤਰ ਤੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡੇ 35 MLA ਨੂੰ 25-25 ਕਰੋੜ ਦੇ ਕੇ ਖਰੀਦਣ ਦੀ ਕੋਸ਼ਿਸ਼ ਹੋਈ, ਉਹਦੀ ਇਨਕੁਆਇਰੀ ਕਿਉਂ ਨਹੀਂ ਮਾਰਕੋ, ਕਿਉਂ ਨਹੀਂ ਹਾਈ ਕੋਰਟ ਮੋਨੀਟਰਡ ਔਰ ਸੁਪਰੀਮ ਕੋਰਟ ਮੋਨੀਟਰਡ ਇਨਕੁਆਇਰੀ ਬਾਏ ਅ ਸੈਂਟਰਲ ਏਜੰਸੀ ਹੋਵੇ ਤੇ ਸੱਚ ਸਾਹਮਣੇ ਆਵੇ। ਜੇ ਕੋਈ BJP ਦਾ ਲੀਡਰ, ਜੇ ਕੋਈ ਦਲਾਲ ਜਿਵੇਂ ਹਰਪਾਲ ਚੀਮਾ ਸਾਹਿਬ ਜਾਂ ਕੋਈ ਹੋਰ ਅਲੈਜ ਕਰ ਰਿਹਾ, ਜੇ ਇਨਵੋਲਵਡ ਹੈ ਤੇ ਉਹਨਾਂ ਦੇ ਚਿਹਰੇ ਨੰਗੇ ਹੋਣ, ਉਹਨਾਂ ਤੇ ਕਾਰਵਾਈ ਹੋਵੇ, ਤੇ ਜੇ ਇਹ ਝੂਠ ਬੋਲ ਰਹੇ ਆ ਆਪ ਦੇ ਲੋਕ, ਆਪ ਦੇ MLA, ਫਿਰ ਉਹਨਾਂ ਦੇ ਚਿਹਰੇ ਨੰਗੇ ਹੋਣ, ਮਗਰ ਸੱਚ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ। ਇਸ ਲਈ ਸੈਸ਼ਨ ਕੈਂਸਲ ਕਰਨਾ, ਪੰਜਾਬ ਦੇ ਖਜ਼ਾਨੇ ਤੇ ਜਿਹੜਾ 1 ਕਰੋੜ ਰੁਪਏ ਦਾ 1 ਦਿਨ ਦਾ ਸੈਸ਼ਨ ਸੱਦ ਕੇ ਇੱਕ ਡਰਾਮੇਬਾਜ਼ੀ ਰਚਣ ਦੀ ਜਿਹੜੀ ਸਾਜ਼ਿਸ਼ ਸੀ ਉਸ ਨੂੰ ਰੋਕਣਾ, ਇਹਦਾ ਸਵਾਗਤ, ਮਗਰ ਕੰਮ ਪੂਰਾ ਨਹੀਂ ਹੋਇਆ। ਇਹ ਨਾ ਲੱਗੇ ਕਿ ਭਾਜਪਾ ਵੀ ਆਪ ਦੇ ਇਸ ਏਜੰਡੇ ਦਾ ਜਾਂ ਕਾਂਗਰਸ ਵੀ ਆਪ ਦੇ ਇਸ ਏਜੰਡੇ ਦਾ ਸਾਥ ਦੇਵੇ। ਇਸ ਲਈ ਸੱਚ ਸਾਹਮਣੇ ਆਵੇ, ਮਾਰਕ ਇਨ ਇਨਕੁਆਇਰੀ, ਲੈਟ ਦ ਟਰੂਥ ਕਮ ਆਊਟ, ਲੋਕਾਂ ਨੂੰ ਸੱਚ ਜਾਣਨ ਦਾ ਹੱਕ ਹੈ ਤੇ ਤੁਸੀਂ ਕੌਨਸਟੀਟਿਊਸ਼ਨ ਦੇ ਰਖਵਾਲੇ ਹੋ, ਤੁਹਾਡੇ ਤੋਂ ਮੈਂ ਆਸ ਕਰਦਾ, ਉਮੀਦ ਕਰਦਾ ਕਿ ਤੁਸੀਂ ਸੱਚ ਲੋਕਾਂ ਦੇ ਸਾਹਮਣੇ ਲਿਆਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।